की खिदमत में हाजिर है आप देख रहे हैं उर्दू पंजाबी गल्ला प्रोग्राम मैं थोड़ी आज ओ सनाखवान ਨਾਲ ਬਾਤ ਕਰਵਾਵਾਂਗਾ ਜਿਹੜਾ ਇਲਾਕੇ ਦੇ ਵਿੱਚ ਆਪਣੀ ਸਨਾਖਵਾਨੀ ਦੀ وجہ سے ਬੜਾ ਮਸ਼ਹੂਰ ਸੀ ਲੇਕਿਨ ਇਹ ਸਨਾਖਵਾ ਪੁਲਿਸ ਗਰਦੀ ਦਾ ਸ਼ਿਕਾਰ ਹੋਇਆ ਕਿਸ ਤਰ੍ਹਾਂ ਸ਼ਿਕਾਰ ਹੋਇਆ ਅਸੀਂ ਇਹਨਾਂ ਕੋਲ ਪੁੱਛਾਂਗੇ ਕਿ ਪੁਲਿਸ ਕਰਦੀ ਦਾ ਕਿਵੇਂ ਸ਼ਿਕਾਰ ਹੋਇਆ ਔਰ ਪੁਲਿਸ ਨੇ ਇਹਨਾਂ ਦੀਆਂ ਲੱਤਾਂ ਕਿਸਰਾਂ ਤੋੜੀਆਂ ਔਰ ਲੱਤਾਂ ਤੋੜ ਕੇ ਇਹਨਾਂ ਨੂੰ ਮੰਜੀ ਦੇ ਪਾ ਦਿੱਤਾ ਔਰ ਇਹਨਾਂ ਦੀ ਗੱਡੀ ਵੀ ਜਿਹੜੀ ਹੈ ਉਹ ਥਾਣੇ ਦੇ ਵਿੱਚ ਮੌਜੂਦ ਹੈ ਲੇਕਿਨ ਇਹ ਇਲਾਜ ਕਰਵਾਉਣ ਤੋਂ ਅੱਜ 7 ਮਹੀਨੇ ਗੁਜ਼ਰ ਚੁੱਕੇ ਨੇ ਲੇਕਿਨ ਇਹ ਵਿਚਾਰੇ ਉਸਰਾਂ ਦੇ ਉਸਰਾਂ ਪਏ ਹੋਏ ਨੇ ਦੋਵੇਂ ਭਰਾ ਇਹ ਉਹ ਭਰਾ ਨੇ ਜਿਹੜੇ ਪੈਣਾ ਕਹਿੰਦੀਆਂ ਨੇ ਸਾਡੀਆਂ ਅੱਖਾਂ ਦਾ ਨੂਰ ਹੈ ਸਾਡੇ ਸਿਰ ਦੀ ਚਾਦਰ ਹੈ ਮਾਂ ਕਹਿੰਦੀ ਹੈ ਕਿ ਮੇਰੀਆਂ ਇਹ ਜਿਹੜੇ ਮੇਰੇ ਪੁੱਤਰ ਨੇ ਮੇਰੇ ਬੜਾਪੇ ਦਾ ਸਾਰਾ ਬਣਨਗੇ ਅੱਜ ਇਹ ਬੜਾਪੇ ਦਾ ਸਾਰਾ ਦੇਖੋ ਇੱਕ ਪੁਲਿਸ ਗਰਦੀ ਦਾ ਸ਼ਿਕਾਰ ਹੋ ਕੇ ਤੇ ਮੰਜੀ ਦੇ ਪਏ ਹੋਏ ਨੇ ਕੋਈ ਇਹਨਾਂ ਦੀ ਦਾਦ ਰਸੀ ਨਹੀਂ ਹੋ ਰਹੀ ਬੜੀ ਬੜੀ ਥਾਂ ਤੇ ਵਿਚਾਰੇ ਗਏ ਨੇ ਲੇਕਿਨ ਘਰ ਦੇ ਭਾਂਡੇ ਤੱਕ ਵਿੱਚ ਗਏ ਨੇ ਔਰ ਵਾਲਦਾ ਬਾਪ ਦੋਨੋਂ ਇਸ ਦੁਨੀਆ ਤੋਂ ਚਲੇ ਗਏ ਨੇ ਲੇਕਿਨ ਇਹ ਦੋਨੋਂ ਕਿੰਦੇ ਸਾਰੇ ਤੇ ਬੈਠੇ ਨੇ ਇੱਕ ਆਪਣੀ ਭੈਣ ਹੈ ਉਹਦੇ ਸਾਰੇ ਤੇ ਬੈਠੇ ਹੋਏ ਨੇ ਉਹੀ ਭੈਣ ਹੈ ਉਹੀ ਇਲਾਜ ਕਰ ਰਹੀ ਹੈ ਇੱਕ ਭਰਾ ਹੈ ਛੋਟਾ ਜਿਹੜਾ ਬਾਜ਼ਾਰ ਦੇ ਵਿੱਚ ਕੁਲਫੀਆਂ ਵੇਚ ਕੇ ਤੇ ਇਹਨਾਂ ਦਾ ਦਵਾਈਧਾਰੂ ਦਾ ਕੰਮ ਕਰਦਾ ਹੈ ਤੇ ਹੁਣ ਅਸੀਂ ਮਿਲਾਨੇ ਆ ਤੁਹਾਨੂੰ ਇਹਨਾਂ ਨਾਲ ਕਿ ਇਹਨਾਂ ਨਾਲ ਕਿਸਰਾਂ ਵਾਕਿਆ ਹੋਇਆ ਵੇ ਰਮਜ਼ਾਨ ਦੇ ਮਹੀਨਾ ਹੈ ਬਾਬਰਕਤ ਮਹੀਨਾ ਹੈ ਬਾਬਰਕਤ ਮਹੀਨੇ ਦੇ ਵਿੱਚ ਦੁਆਵਾਂ ਜਿਹੜੀਆਂ ਨੇ ਨਾ ਉਹ ਬੜੀਆਂ ਅਸਰ ਕਰਦੀਆਂ ਨੇ ਤੇ ਮੈਂ ਜੋ ਇਹ ਦੋਵਾਂ ਭਰਾਵਾਂ ਦਾ ਹਾਲ ਦੇਖਿਆ ਮੇਰੇ ਖੁਦ ਦਿਲ ਨੂੰ ਬੜੀ ਤਕਲੀਫ ਹੋਈ ਹੈ ਤੇ ਹੁਣ ਅਸੀਂ ਤੁਹਾਡੀ ਇਹਨਾਂ ਨਾਲ ਗੱਲ ਕਰਾਨੇ ਆ ਕਿ ਇਹਨਾਂ ਨਾਲ ਕਿਸ ਤਰ੍ਹਾਂ ਵਾਕਿਆ ਪੇਸ਼ ਆਇਆ ਵੇ ਔਰ ਸਨਾਹ ਖਵਾਂ ਵੀ ਇਹ ਬੜੇ ਟੌਪ ਕਲਾਸ ਨੇ ਬੜੀਆਂ ਅੱਛੀਆਂ ਮਹਿਫਲਾਂ ਦੀ ਰੌਣਕ ਲੁੱਟਣ ਵਾਲੇ ਸਨ ਇਹ ਸਨਾਹ ਖਵਾਂ ਜੀ ਅਸਲਾਮ ਅਲੈਕਮ ਜੀ ਵਾਲੇਕਮ ਸਲਾਮ ਜੀ ਇਹ ਜੀ ਤੁਹਾਡੇ ਨਾਲ ਕਿਸ ਤਰ੍ਹਾਂ ਵਾਕਿਆ ਸਾਰਾ ਰੁਰਮਾ ਆਇਆ ਇਹ ਵਾਕਿਆ ਜੀ ਅਸੀਂ ਲਾਹੌਰ ਤੋਂ ਵਾਪਸੀ ਆ ਰਹੇ ਸੀ ਮੋਟਰਸਾਈਕਲ ਤੇ ਤੇ ਅਸੀਂ ਤੇ ਆ ਰਹੇ ਸੀ ਸਿੱਧੇ ਰਸਤੇ ਤੇ ਅੱਗੋਂ ਜਿਹੜਾ ਨਾ ਜੀ ਪੁਲਿਸ ਵਾਲਾ ਡਾਲਾ ਉਹ ਗਲਤ ਪਾਸੇ ਤੇ ਆ ਗਿਆ ਤੇ ਉਹਨੇ ਆਣ ਕੇ ਵਿੱਚ ਹਾਲਾ ਕਿ ਉਹ ਗਲਤ ਪਾਸੇ ਤੇ ਆ ਗਿਆ ਸੀਗਾ ਪਰ ਮੈਂ ਫਿਰ ਵੀ ਮੈਂ ਕਹ ਵੀ ਚਲੋ ਮੈਂ ਥੱਲੇ ਆ ਚਲੋ ਉਤਲੀ ਸਾਈਡ ਤੇ ਮੋਟਰਸਾਈਕਲ ਕਰ ਲੈਣਾ ਪਰ ਉਹ ਐਸੀ ਰਫਤਾਰ ਦੇ ਵਿੱਚ ਸੀਗਾ ਮੈਂ ਉਤੇ ਕੀਤਾ ਹੋਵੇ ਉਹਨਾਂ ਵਿੱਚ ਆਣ ਕੇ ਠੋਕ ਦਿੱਤੀ ਤੇ ਉਤੋਂ ਬਜਾਏ ਚੁਕੰਦੇ ਤੇ ਸਾਨੂੰ ਉਤੋਂ ਠੁੱਡੇ ਛੁੱਡੇ ਵੀ ਮਾਰੇ ਨੇ ਤੇ ਉਸ ਤੋਂ ਬਾਅਦ ਬੇਹੋਸ਼ ਹੋ ਗਏ ਆ ਤੇ ਉਸ ਤੋਂ ਬਾਅਦ ਪਤਾ ਲੱਗਾ ਇਹ ਹਸਪੀਟਲ ਪਹੁੰਚ ਗਏ ਕੋਈ ਲੋਕਾਂ ਨੇ ਕੋਈ ਇਹ ਵੀ ਮਿਹਰਬਾਨੀ ਉੱਤੇ ਜਿਹੜੇ ਲੋਕ ਮੌਜੂਦ ਸੀਗੇ ਉਹਨਾਂ ਨੇ ਮਿਹਰਬਾਨੀ ਕੀਤੀ ਯਾਰਾਂ ਭਾਈ ਨੂੰ ਕਿ ਕਿਸ ਤਰ੍ਹਾਂ ਉਹ ਅਸੀਂ ਪਹੁੰਚਿਆ ਹਸਪੀਟਲ ਤੇ ਜਾ ਕੇ ਪਤਾ ਲੱਗਾ ਪਿੱਛੋਂ ਫਿਰ ਭਾਈਆਂ ਨੂੰ ਫੋਨ ਕੀਤਾ ਵੇ ਇਹ ਪਹੁੰਚਾਏ ਨੇ ਬਾਕੀ ਇਹ ਵੀ ਕੋਈ ਨਾ ਸੂਰਤ ਹਾਲ ਸਾਡੀ ਨਹੀਂ ਬਣੀ ਸਿੱਧੀ ਤਰ੍ਹਾਂ ਚਾਰ ਜਗ੍ਹਾ ਤੋਂ ਲੱਤ ਟੁੱਟ ਗਈ ਹੈ ਤੇ ਇਹ ਪਹਿਲਾ ਇਹਦਾ ਇਹ ਨੂੰ ਕਿਹਾ ਜਾਂਦਾ ਵੀ ਇਹ ਝੂਕਣਾ ਝੂਕਣਾ ਪਟ ਜੇ ਤੇ ਗੋਡੇ ਤੇ نیچے ਦੋ ਜਗ੍ਹਾ ਤੇ ਸੀ ਚਾਰਾ ਜਗਾਤ ਉਲਤ ਟੁੱਟੀ ਤੇ ਡਾਕਟਰ ਸਾਹਿਬ ਨੇ ਕਿਹਾ ਜੀ 4 ਤੋਂ 5 ਲੱਖ ਰੁਪਇਆ ਹੋਵੇ ਤੇ ਤੁਹਾਡਾ ਤੁਹਾਡਾ ਆਪਰੇਸ਼ਨ ਹੋਣਾ ਹੈ ਤੇ ਉਹ ਪੈਸਿਆਂ ਦੀ ਵਜ੍ਹਾ ਤੋਂ ਅਸੀਂ ਘਰ ਲੈ ਆ ਗਏ ਕਿ ਵੀ ਹੁਣ ਪੈਸੇ ਹੋਣ ਤੇ ਆਪਰੇਸ਼ਨ ਕਰਵਾਈਏ ਤੇ ਇਹ ਮਿਹਰਬਾਨੀ ਕੀਤੀ ਜਾਵੇ ਚਲੋ ਮਾੜੇ ਬੰਦੇ ਅਸੀਂ ਬਹੁਤ ਗਰੀਬ ਬੰਦੇ ਹਾਂ ਕਿਉਂਕਿ ਛੋਟਾ ਭਾਈਆ ਉਹ ਹੀ ਕੋਈ ਸਰਕਟ ਪਾਣੀ ਚਲ ਰਿਹਾ ਹੋਵੇ ਉਹਦੇ ਸਰਤੇ ਤੇ ਜਾਂ ਇੱਕ ਛੋਟ ਬਹਿਣਾ ਹੈ ਸਾਡੀ ਬਹਿਨੂ ਹੀ ਨੇ ਸਾਡੇ अच्छा ये वकवा ਤੁਹਾਡੇ ਕਿਹੜੇ ਥਾਣੇ ਦੀ ਪੁਲਿਸ ਸੀ ਕਿਹੜਾ ਡਾਲਾ ਸੀ ਕਿਹੜਾ ਕਿਹੜਾ ਪੈਟਰੋਲਿੰਗ ਡਾਲਾ ਸੀ ਜਿਹੜਾ ਤੁਹਾਡੇ ਨਾਲ ਵਕਵਾ ਆਇਆ ਇਹ ਜੀ ਫੈਕਟਰੀ ਏਰੀਆ ਥਾਣਾ ਕੋਟ ਅਬਦਲ ਮਾਲਕ ਦੇ ਨਜ਼ਦੀਕ ਹੈ ਫੈਕਟਰੀ ਏਰੀਆ ਉਹੀ ਪੁਲਿਸ ਵਾਲਾ ਡਾਲਾ ਜੀ ਤੇ ਉਹਨਾਂ ਨੇ ਜ਼ਿਆਤੀ ਕੀਤੀ ਹੈ ਬਾਕੀ ਹਾਲਾਂਕਿ ਉਹ ਮੁਹਫਜ਼ ਨੇ ਆ ਆਵਾਮ ਦੇ ਪਰ ਉਹਨਾਂ ਨੇ ਇਹ ਜ਼ਿਆਤੀ ਕੀਤੀ ਜੇ ਉਤੋਂ ਮਾਰਿਆ ਕੁੱਟਿਆ ਵੀ ਤੇ ਮੋਟਰਸਾਈਕਲ ਵੀ ਸਾਡੀ ਉਥੇ ਹੀ ਹੈ ਜੀ ਇਹ ਇਹ ਦੇਖੋ ਕਿ ਇੱਕ ਸੇਬ ਖਾਨ ਵਾਲੇ ਬੱਚੇ ਨੂੰ ਚੋਰੀ ਸੇਬ ਖਾਨ ਵਾਲੇ ਬੱਚੇ ਨੂੰ ਪੁਲਿਸ ਕਿਸ ਤਰ੍ਹਾਂ ਫੜਦੀ ਏ ਫੜ ਕੇ ਤੇ ਫਿਰ ਉਹਨੂੰ ਕੈਫਰੇ ਕਰਤਾਰ ਤੱਕ ਪਹੁੰਚਾਇਆ ਜਾਂਦਾ ਉਸ ਪੁਲਿਸ ਨੂੰ ਵੀ ਸਲੂਟ ਏ ਲੇਕਿਨ ਇਹ ਦੇਖੋ ਕਿ ਇਹ ਜਿਹੜੀ ਪੁਲਿਸ ਹੈ ਇਹਨੂੰ ਵੀ ਸਲੂਟ ਇਸ ਤਰ੍ਹਾਂ ਵੇ ਕਿ ਦੇਖੋ ਕਿ ਇੱਕ ਗਰੀਬ ਘਰਾਨੇ ਦੇ ਦੋਨੋਂ ਭਾਈ ਜਿਹੜੇ ਨੇ ਉਹਨਾਂ ਨਾਲ ਉਹਨਾਂ ਨੇ ਕਿਸ ਤਰ੍ਹਾਂ ਸਲੂਕ ਕੀਤਾ ਅੱਜ ਉਹ ਚਾਰ ਪਾਈ ਤੇ ਪਏ ਹੋਏ ਨੇ ਹੁਣ ਅਸੀਂ ਇਹ ਇਹਨਾਂ ਕੋਲੋਂ ਸੁਣਦੇ ਆ ਕਿ ਨਾਦ ਖਵਾਂ ਬਹੁਤ ਪਿਆਰੀ ਨਾਦ ਖਵਾਂ ਹੈਗੇ ਨੇ ਔਰ ਇਹ ਸਾਨੂੰ ਆਵਾਮ ਨੂੰ ਸੁਣਾਣਗੇ ਕਿ ਸਨਾਖਵਾਂ ਕਿਸ ਤਰ੍ਹਾਂ ਜਿਹੜਾ ਨਾ ਲੋਕਾਂ ਨੂੰ ਕਿਵੇਂ ਉਹਨਾਂ ਨੂੰ ਉਹਨਾਂ ਦੇ ਮਹਿਫਲ ਮਹਿਫਲ ਕਿਸ ਤਰ੍ਹਾਂ ਲੁੱਟ ਲੈਂਦੇ ਸਨ ਤੇ ਮੈਂ ਇਹਨਾਂ ਨੂੰ ਕਹਾਂਗਾ ਕਿ ਕੋਈ ਪਬਲਿਕ ਨੂੰ ਵੀ ਅੱਛੀ ਜੀ ਨਾਦ ਜਿਹੜੀ ਨਾ ਸੁਣਾਈ ਜਾਵੇ ਇਨਸ਼ਾ ਅੱਲਾ ਜੀ ਬਿਸਮਿਲਲਾ ਜੀ ਜਮਾ ਲੈ ਗੁੰਬਦ ਦੇ खज़राज़ीब होता है जमाले गुंबदे खज़राज़ीब होता है किसी किसी को वो मंजर नसीब होता है किसी किसी को वो मंज़र नसीब होता है जमाल यार की हसरतों में जो मरीज हुआ जमाल यार की हसर तो में जो मरीज हुआ जमाल यार ही उसका तबीब होता है जमा रही उसका तबीरब होता है जमाल गुंबदे खजराजीब होता है जी अल्लाह क्या प्यारी आवाज है ये मेरे साथ उसका दूसरा भाई भी ਸਾਥ ਉਸकी भी जो इसके साथ ही जो प्रसुकर्दी का शिकार हुआ है इसका ذہنی ਤوازن जो है ना वो इस वक्त खराब हो गया ये सारा चलन वे जो ने। एक पुलिस निशान है ਤੇ ਹੁਣ ਇਹ ਜੇ ਸਾਰਾ سلسلہ ਜਿਹੜਾ ਚੱਲਣ ਦੇ ਆਵੇ ਜੋ ਹਲਾਤੋ ਵਾਕਿਆਤ ਨੇ ਇੱਕ ਪੰਜਾਬ ਪੁਲਿਸ ਤੇ ਸਵਾਲੀਆ ਨਿਸ਼ਾਨ ਹੈ ਕਿ ਕਿਸ ਤਰ੍ਹਾਂ ਉਹਨਾਂ ਨੇ ਇਹਨਾਂ ਨਾਲ ਜ਼ੁਲਮ ਕੀਤਾ ਔਰ ਜ਼ੁਲਮ ਕਰਨ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਛੱਡ ਗਏ ਨੇ ਔਰ ਇਹਨਾਂ ਦੀ ਗੱਡੀ ਵੀ ਉਸ ਥਾਣੇ ਦੇ ਵਿੱਚ ਮੌਜੂਦ ਹੈ ਜਿਹੜੀ ਉਹ ਨਹੀਂ ਦੇ ਰਹੇ ਮੋਟਰਸਾਈਕਲ ਕਹਿੰਦੇ ਨੇ ਧਮਕੀਆਂ ਦਿੰਦੇ ਨੇ ਕਿ ਤੁਸੀਂ ਠੀਕ ਹੋ ਲਵੋ ਫਿਰ ਉਸ ਤੋਂ ਬਾਅਦ ਤੁਹਾਡੇ ਤੇ ਕੋਈ ਪਰਚਾ ਦਿੱਤਾ ਜਾਏਗਾ ਤੇ ਤੁਹਾਨੂੰ ਸਬਕ ਦਿੱਤਾ ਜਾਏਗਾ ਕਿ ਤੁਸੀਂ ਸਾਡੇ ਸਾਡੇ ਖਿਲਾਫ ਕਾਨੂੰਨੀ ਕਾਰਵਾਈ ਕਰਦੇ ਜੇ ਐਪਲੀਕੇਸ਼ਨਾਂ ਤਰਖਾਸਤਾ ਦਿੰਦੇ ਜੇ ਤੁਹਾਨੂੰ ਇਹਨਾਂ ਦਾ ਮਜ਼ਾ ਚਖਾ ਦਿੱਤਾ ਜਾਏਗਾ ਮੁਖੀਰ ਅਜ਼ਰਾ ਤੱਕ ਅਪੀਲ ਕੀਤੀ ਜਾਂਦੀ ਹੈ ਕਿ ਈਮਾਨਾ ਵਾਲੇ ਦਰੈਸ਼ੀ ਨੇ ਇਹਨਾਂ ਦੇ ਨਾਲ ਤਾਵਨ ਕੀਤਾ ਜਾਵੇ ਰਮਜ਼ਾਨ ਦਾ ਮਹੀਨਾਵੇਂ ਕਿ ਆਪਣਾ ਇਹ ਇਲਾਜ ਕਰਾਣ ਦਾ ਰਾਜ ਜਿਹੜਾ ਨਾ 4 ਤੋਂ 5 ਲੱਖ ਰੁਪਇਆ ਡਾਕਟਰ ਨੇ ਮੰਗਿਆ ਦੋਵਾਂ ਭਰਾਵਾਂ ਦਾ ਮੈਂ ਕਿਹਾ ਜੋ ਇਹ ਨਾ ਦੀ ਮਾਮਲਾਤ ਨੇ ਮੈਨਾ ਕੋਲ ਇਹਨਾਂ ਦਾ ਐਡਰੈਸ ਆ ਤੇਲੀਫੋਨ ਨੰਬਰ ਪੁੱਛਣਾ ਵਾ ਫਿਰ ਤੁਸੀਂ ਇਹਨਾਂ ਦੀ ਜਿੰਨੀ ਦਿਲ ਖੋਲ ਕੇ امداد ਕੀਤੀ ਜਾਂਦੀ ਹੈ ਕਰਨੀ ਹੈ ਜੀ ਜੀ ਮੇਰਾ ਨਾਮ ਮੁਹੰਮਦ ਜ਼ਮਾਨ ਹੈ ਜੀ ਤੇ ਨੰਬਰ ਮੇਰਾ 0302 4877 385 ਹੈ ਤੇ ਟੈਨਰ ਦਾ ਨੰਬਰ ਵੀ ਹੈ ਜੀ 0348 8248305 ਹੈ ਜੀ 03024877385 ਜੈਦਦਾ ਜੀ ਤੇ ਟੈਨਰ ਦਾ 03488264305 ਹੈ ਜੀ محمد زمان ਸੁਲਤਾਨੀ ਮੇਰਾ ਨਾਮ ਹੈ ਜੀ ਨਾਥ ਕਾ ਮਾਨਣਾ ਵਾਲਾ ਜੀ ਜੀ ਨੰਬਰ ਤੁਹਾਡੇ ਕੋਲ ਆ ਗਏ ਨੇ ਤੇ ਇਹਨਾਂ ਦਾ ਦਿਲ ਖੋਲ ਕੇ ਇਹਨਾਂ ਦੀ امداد ਕਰੋ ਆਪਣੀ ਜ਼ਕਾਤ ਫਤਰਾਨਾ ਜੋ ਵੀ ਇਹ ਇਹਨਾਂ ਦੇ ਨੰਬਰ ਨੇ ਤੁਸੀਂ ਇਹਨਾਂ ਨਾਲ ਖੁਦ ਆਪ ਰابطਾ ਕਰ ਸਕਦੇ ਜੇ ਅਗਰ ਇਹਨਾਂ ਨੂੰ ਤੁਸੀਂ ਮਿਲਣਾ ਚਾਹੁੰਦੇ ਜੇ ਤੇ ਮਾਨਾਂ ਵਾਲੇ ਤੁਸੀਂ ਜ਼ਰੂਰ ਇਹਨਾਂ ਨੂੰ ਮਿਲ ਸਕਦੇ ਜੇ ਦੋਨਾਂ ਭਾਈਆਂ ਨੂੰ ਅਸਲਾਮੁਅਲੈਕੁਮ